ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਲਾ ਕੇ ਕਾਲਾ ਦਿਵਸ ਮਨਾਉਣ ਅਤੇ ਮੋਦੀ ਦੇ ਪੁਤਲੇ ਫੂਕਣ ਦਾ ਫੈਸਲਾ। ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਦੇ ਰਹੇ ਹਨ। ਪਿਛਲੇ 6 ਮਹੀਨਿਆਂ ਤੋਂ ਇਹ ਧਰਨੇ ਦਿੱਤੇ ਜਾ ਰਹੇ ਹਨ। ਧਰਨੇ ਦੇ ਦੌਰਾਨ ਕਈ ਕਿਸਾਨ ਸ਼ਹੀਦ ਵੀ ਹੋ ਗਏ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 26 ਮਈ ਨੂੰ ਕਾਲਾ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ। ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਮਰੀਤ ਸਿੰਘ ਘੱਗਾ ਅਤੇ ਰਘਵੀਰ ਸਿੰਘ ਨਿਆਲ ਨੇ ਦੱਸਿਆ ਕਿ ਪਿੰਡਾਂ ਦੇ ਕੋਠੇ ਅਤੇ ਵਹੀਕਲਾਂ 'ਤੇ ਕਾਲੇ ਝੰਡੇ ਲਾਏ ਜਾਣਗੇ ਅਤੇ ਪੈਟਰੋਲ ਪੰਪਾਂ 'ਤੇ ਧਰਨੇ ਦੌਰਾਨ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਘਰਾਂ 'ਚ ਕਾਲੇ ਝੰਡੇ ਲਾਉਣ। ਖੇਤੀ ਕਾਨੂੰਨ ਦੇ ਚੱਲ ਰਹੇ ਵਿਰੋਧ ਵਿੱਚ ਦਿੱਲੀ 'ਚ ਚੱਲ ਰਹੇ ਧਰਨੇ ਨੂੰ 6 ਮਹੀਨੇ ਪੂਰੇ ਹੋਣ 'ਤੇ ਪੂਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਅਮਰੀਤ ਸਿੰਘ ਘੱਗਾ ਨੇ ਕਿਹਾ ਕਿ 26 ਮਈ ਨੂੰ ਦਿੱਲੀ ਵਿੱਚ ਚੱਲ ਰਹੇ ਧਰਨੇ ਨੂੰ 6 ਮਹੀਨੇ ਹੋਣ ਜਾ ਰਹੇ ਹਨ, ਜਿਸ ਨੂੰ ਕਾਲਾ ਦਿਵਸ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ ਅਤੇ ਪਿੰਡਾਂ ਦੇ ਵਿੱਚ ਚੱਲ ਰਹੇ ਧਰਨਿਆਂ ਵਿੱਚ ਵੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਉਹਨਾਂ ਨੇ ਕਿਹਾ ਕਿ ਸੰਘਰਸ਼ ਦੌਰਾਨ 3.5 ਮੈਂ ਰਘਵੀਰ ਸਿੰਘ ਨਾਲ ਬਲਾਕ ਖਜਾਂਚੀ ਪਾਤਰਾ ਭਾਰਤੀ ਗ੍ਰਹਿਣੀ ਪ੍ਰੋਗਰਾਮ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ ਜੀ, ਸਾਰੇ ਪਿੰਡਾਂ ਦੇ ਵਿੱਚ ਕਾਲਾ ਦਿਨ ਮਨਾਇਆ ਜਾਊਗਾ, ਅਰਥੀਆਂ ਸਾੜੀਆਂ ਜਾਣੀਆਂ ਨੇ, ਆਪਣੇ ਜਿੰਨੇ ਕੋਠੇ ਨੇ ਕੋਠੀਆਂ ਨੇ ਉਹਨਾਂ ਦੇ ਕਾਲੇ ਝੰਡੇ ਲਾਏ ਜਾਣੇ ਨੇ, ਜਿੰਨੇ ਵਹੀਕਲ ਨੇ ਕਾਲੇ ਝੰਡੇ ਲਾਏ ਜਾਣੇ ਨੇ, ਪੈਟਰੋਲ ਪੰਪ ਹੈ ਇੱਥੇ ਵੀ ਅਸੀਂ 12 ਵਜੇ ਜਿਹੜੀਆਂ ਅਰਥੀ ਹੈ ਜਿਹੜੀ ਗੌਰਮੈਂਟ ਦੀ ਸਾੜਨੀ ਹੈ, ਕਿਉਂ 6 ਮਹੀਨੇ ਹੋ ਗਏ ਸਾਨੂੰ ਉੱਥੇ ਬੈਠਿਆਂ ਨੂੰ, ਗੌਰਮੈਂਟ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਹੈਗੀ। ਇਸ ਕਰਕੇ ਕੱਲ੍ਹ ਉਹਦੀਆਂ ਅਰਥੀਆਂ ਸਾੜੀਆਂ ਜਾਣੀਆਂ ਨੇ, ਸਾਰੇ ਪੰਜਾਬ ਦੇ ਵਿੱਚ ਸਾਡਾ ਇਹ ਪ੍ਰੋਗਰਾਮ। ਉਹਨਾਂ ਨੂੰ ਇਹੀ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਕਾਲੇ ਝੰਡੇ ਆਪਣੇ ਘਰਾਂ 'ਤੇ ਲਾਓ, ਆਪਣੇ ਵਹੀਕਲਾਂ 'ਚ ਲਾਓ, ਵੱਧ ਤੋਂ ਵੱਧ ਇੱਥੇ ਆਓ ਇੱਥੇ, ਤਾਂ ਕਿ ਮੋਦੀ ਸਰਕਾਰ ਨੂੰ ਪਤਾ ਲੱਗ ਸਕੇ ਵੀ ਜਿਹੜੀ ਜਨਤਾ ਮੈਥੋਂ ਕਿੰਨੀ ਦੁਖੀ ਹੈ, ਕਾਲਾ ਦਿਨ ਮਨਾ ਰਹੀ ਹੈ। ਸੰਘਰਸ਼ ਇੱਥੇ ਲਾ ਲਓ ਵੀ 3 ਮਹੀਨੇ, ਇਹ 5-8 ਮਹੀਨੇ ਹੋਏ ਇੱਥੇ ਸੰਘਰਸ਼ ਚੱਲਦੇ ਨੂੰ, ਅਤੇ ਉਸੇ ਲੋਟੇ ਚੱਲੀ ਜਾ ਰਿਹਾ, ਕੋਈ ਸਾਨੂੰ ਫਰਕ ਨਹੀਂ ਪਿਆ ਹੈਗਾ। ਜਿੰਨਾ ਚਿਰ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਇਹ ਸੰਘਰਸ਼ ਸਾਡੇ ਇੱਕ ਥਾਂ ਦੀ ਕਈ ਮਾਹੌਲ ਬੰਦ ਕਰੇ ਹੋਏ ਨੇ, ਕਈ ਜਿਹੜੇ ਆਪਣੇ ਅਫਸਰ ਨੇ ਇਹ ਘੇਰੇ ਹੋਏ ਨੇ, ਕਈ ਮਤਲਬ ਜਿਹੜੇ BJP ਵਾਲੇ ਨੇ ਇਹਨਾਂ ਦੀਆਂ ਕੋਠੀਆਂ ਸਾਡੀਆਂ ਘੇਰੀਆਂ ਹੋਈਆਂ ਨੇ, ਥਰਮਲ ਪਲਾਂਟ ਹੈ ਸਾਡਾ ਉਹ ਘੇਰਿਆ ਹੋਇਆ। ਜਿੰਨਾ ਚਿਰ ਇਹ ਕਾਲੇ ਕਾਨੂੰਨ ਵਾਪਸ ਨਹੀਂ ਜਾਂਦੇ ਉਹਨਾਂ ਚਿਰ ਸਾਡਾ ਪ੍ਰੋਗਰਾਮ ਜਿਹੜਾ ਹੀ ਚੱਲੂਗਾ। 28-29 ਤਰੀਕ ਨੂੰ 30 ਨੂੰ ਫਿਰ ਸਾਡਾ ਪਟਿਆਲੇ ਪੱਕਾ ਪ੍ਰੋਗਰਾਮ 3 ਦਿਨਾਂ ਦਾ ਧਰਨਾ ਹੈ। ਸਾਂਝੀ ਨੂੰ ਗ੍ਰਾਹਾਂ ਬਲਾਕ ਪ੍ਰਧਾਨ ਅਮਰੀਕ ਸਿੰਘ ਘੱਗਾ, ਜਿਹੜਾ ਕਿ ਕੱਲ੍ਹ ਦਾ ਪ੍ਰੋਗਰਾਮ ਸਾਡਾ 26 ਤਰੀਕ ਨੂੰ ਸਾਨੂੰ ਪੂਰੇ 6 ਮਹੀਨੇ ਦਿੱਲੀ ਦੇ ਵਿੱਚ ਹੋਣ ਜਾ ਰਹੇ ਨੇ, ਸਾਰੇ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ, ਜਿੱਥੇ ਜਿੱਥੇ ਸਾਡੇ ਕਿਸਾਨ ਜਿਹੜੀ ਵੀ ਸਟੇਟ ਦੇ ਬੈਠੇ ਨੇ। 26 ਤਰੀਕ ਨੂੰ ਅਸੀਂ ਕਾਲਾ ਦਿਨ ਮਨਾਉਣਾ, ਸਾਰੇ ਪੰਜਾਬ ਦੇ ਵਿੱਚ ਅਸੀਂ ਨੇ ਮੋਦੀ ਸਾਹਿਬ ਦੀਆਂ ਅਰਥੀਆਂ ਫੂਕਣੀਆਂ ਨੇ, ਤਾਂ ਕਿ ਕਾਲੀਆਂ ਝੰਡੀਆਂ ਦੇ ਨਾਲ ਰੋਸ ਪ੍ਰਦਰਸ਼ਨ ਕਰਨਾ। ਅਸੀਂ ਪੰਪ 'ਤੇ ਵੱਖਰੀ ਅਰਥੀ ਫੂਕਣੀ ਹੈ, ਪਿੰਡਾਂ ਦੇ ਵਿੱਚ ਵੱਖਰੀਆਂ ਫੂਕਣੀਆਂ ਨੇ, ਕਿਉਂਕਿ ਜਿਹੜਾ ਕਿ ਇਹ ਮੋਦੀ ਨੇ ਸਾਨੂੰ ਇਹ ਦੁੱਖ ਦੇਖਣਾ ਪੈ ਰਿਹਾ, ਜਿਹੜੇ ਸਾਡੇ 3 ਕਾਨੂੰਨ ਨੇ ਰੱਦ ਕਰਾਉਣ ਵਾਸਤੇ ਅਸੀਂ ਝੰਡੇ ਗੱਡੇ ਨੇ, ਉਹ ਕਹਿੰਦਾ ਵੀ ਨਹੀਂ ਕਰਨੇ। ਪਰ ਕਿਸਾਨ ਭਰਾਵੋ, ਇਹ ਜਿਹੜੇ ਆਪਣੇ ਕਾਨੂੰਨ ਨੇ ਵਾਪਸ ਕਰਾਉਣ ਵਾਸਤੇ ਬੈਠੇ, ਤਕਰੀਬਨ ਸਾਡੇ ਕਿਸਾਨ ਵੀ ਜਿਹੜੇ ਸ਼ਹੀਦੀਆਂ ਪਾ ਗਏ, ਤਕਰੀਬਨ 370 ਕਿਸਾਨ ਸਾਡੇ ਨੇ ਜਿਹੜੇ ਬਾਰਡਰ ਦੇ ਉੱਤੇ ਸ਼ਹੀਦ ਪਾ ਗਏ। ਸਾਡਾ ਇੱਥੋਂ ਵੀ ਇੱਕ ਮੁਖਤਿਆਰ ਸਿੰਘ ਕਾਨਗੜ ਸ਼ਹੀਦੀ ਪਾ ਗਿਆ। ਇਸ ਨੂੰ ਮੱਦੇਨਜ਼ਰ ਰੱਖਦੇ ਵੀ ਅਸੀਂ, ਕਿਉਂਕਿ ਕਿਸਾਨੀ ਘੋਲ ਆ ਜਿਹੜਾ ਲੜ ਰਹੇ ਆ, ਇਹਨੂੰ ਨੇਪਰੇ ਚਾੜਾਂਗੇ, ਕਾਨੂੰਨ ਨੇ ਜਿਹੜੇ ਵਾਪਸ ਕਰਾ ਕੇ ਆਵਾਂਗੇ। ਜਿਹੜਾ ਅਗਲਾ ਸਾਡਾ ਪ੍ਰੋਗਰਾਮ ਹੈ ਤਕਰੀਬਨ 28-29-30 ਪਟਿਆਲੇ ਵੱਲ ਰੁਖ ਕਰ